ਸੱਚੀ ਆ, ਪਰ ਕਈਆਂ ਨੂੰ ਕੌੜੀ ਜ਼ਰੂਰ ਲੱਗੇਗੀ, ਮਿਰਚਾਂ ਜ਼ਰੂਰ ਲੱਗਣਗੀਆਂ, ਬਟ ਗੱਲ ਜਿਹੜੀ ਆ ਉਹ ਸੱਚ ਆ, ਸੱਚ ਹਮੇਸ਼ਾ ਹੀ ਕੌੜਾ ਲੱਗਦਾ ਬਹੁਤੇ ਜਾਣਿਆਂ ਨੂੰ। ਜੇ ਰੱਬ ਨੇ ਤੁਹਾਨੂੰ ਉਹਦੇ 'ਚ ਤਾਂ ਰੱਬ ਦਾ ਮਤਲਬ ਕਿ ਕਸੂਰ ਹੈ ਨਾ, ਜੇ ਰੱਬ ਨੇ ਤੁਹਾਨੂੰ ਸ਼ਕਲ ਚੰਗੀ ਨਹੀਂ ਦਿੱਤੀ ਹੈ ਨਾ, ਤਾਂ ਤੁਸੀਂ ਆਪਣੀ ਅਕਲ ਜਿਹੜੀ ਉਹ ਚੰਗੀ ਵਰਤ ਲਓ, ਅਕਲ ਚੰਗੀ ਬਣਾ ਲਓ ਹੈ ਨਾ। ਜੇ ਤੁਹਾਨੂੰ ਕੋਈ ਕਹਿੰਦਾ ਵਾ ਰੰਗ ਨੂੰ ਲੈ ਕੇ, ਤੁਹਾਨੂੰ ਕੋਈ ਕਿਸੇ ਨੇ ਕਹਿ ਤਾ ਹੈ ਨਾ, ਆਪਣੀ ਜਿਹੜੀ ਅਕਲ ਤਾਂ ਉਹ ਤਾਂ ਚੰਗੀ ਰੱਖੋ। ਹਾਲਾਂਕਿ ਅਸੀਂ ਤਾਂ ਜਿਹੜਾ ਵਾ ਕਦੀ ਵੀ ਰੰਗ ਨੂੰ ਲੈ ਕੇ ਜਿਹੜਾ ਵਾ ਕਿਸੇ ਨੂੰ ਪਹਿਲਾਂ ਟੌਂਟ ਨਹੀਂ ਮਾਰਿਆ ਹੁਣ ਤੱਕ। ਜਦੋਂ ਕੋਈ ਗੱਲ ਕਰਦਾ ਵਾ ਫਾਲਤੂ ਬੋਲਦਾ ਵਾ, ਫਿਰ ਤਾਂ ਗੋਇਟ ਦਾ ਜਵਾਬ ਪੱਥਰ ਦਈਦਾ ਹੈ ਨਾ। ਅਤੇ ਜੇ ਤੁਹਾਨੂੰ ਰੱਬ ਨੇ ਸ਼ਕਲ ਨਹੀਂ ਚੰਗੀ ਦਿੱਤੀ ਤਾਂ ਅਕਲ ਚੰਗੀ ਵਰਤ ਲਓ, ਆਪਣਾ ਜਿਹੜੀ ਬੋਲ ਬਾਣੀ ਜਿਹੜੀ ਇਹਨਾਂ ਨੂੰ ਸਹੀ ਰੱਖੋ, ਕਮ ਸੇ ਕਮ ਕੋਈ ਤਾਂ ਗੁਣ ਆਪਣੇ ਆਪ 'ਚ ਰੱਖੋ। ਅਤੇ ਕਈ ਜਿਹੜੀਆਂ ਕੁੜੀਆਂ ਜਨਾਨੀਆਂ ਜਿਹੜੀਆਂ ਨੇ ਉਹਨਾਂ ਪਹਿਲਾਂ ਕਦੀ ਪੇਕੇ ਘਰ ਨਹੀਂ ਕੰਮ ਕੀਤਾ ਹੁੰਦਾ, ਉੱਥੇ ਬਸ ਕੀ ਆਉਂਦੇ ਨੇ ਬਾਜ਼ਾਰੀ ਖਾਣਾ ਖਾ ਲਿਆ ਹੈ ਨਾ, ਅਤੇ ਸੂਟ ਬੂਟ ਪਾ ਲਏ, ਅਤੇ ਬਾਅਦ ਜੇ ਉਹਨਾਂ ਨੂੰ ਸਹੁਰੇ ਘਰ ਆਣ ਕੇ ਕੰਮ ਕਰਨਾ ਪੈਂਦਾ ਨਾ, ਅਤੇ ਫਿਰ ਉਹਨਾਂ ਕੋਲ ਕੰਮ ਨਹੀਂ ਹੁੰਦਾ। ਫਿਰ ਬਸ ਇਹੋ ਹੀ ਆ ਵੀ ਸੱਸ ਨਾਲ ਲੜੀ ਜਾਣਾ, ਘਰਦੇ ਨਾਲ ਲੜੀ ਜਾਣਾ, ਬਸ ਨਨਾਣਾ ਨਾਲ ਲੜੀ ਜਾਣਾ, ਬੇਫਾਲਤੂ ਹੀ ਕੰਮ ਆਪਣੇ ਕੋਲ ਹੁੰਦਾ ਸੂਰ ਦੂਜਿਆਂ 'ਚ ਕੱਢਣਾ। ਅਤੇ ਕਈਆਂ ਨੂੰ ਹੁਣ ਇਹ ਵੀ ਲੱਗਣਾ ਵੀ ਲਾ ਕੇ ਜਿਹੜੀ ਆ ਗੱਲ ਸਾਨੂੰ ਕਹੀ ਆ, ਅਤੇ ਜਿਹਨਾਂ ਨੂੰ ਲੱਗਦਾ ਲੱਗੀ ਜਾਵੇ, ਆਪਾਂ ਨਹੀਂ ਕਿਸੇ ਦੇ ਕੋਲੋਂ ਡਰਨੇ, ਸਿਰਫ ਇੱਕ ਰੱਬ ਕੋਲ ਡਰਨੇ ਆ, ਕਿਉਂ ਵੀ ਆਪਾਂ ਜਿਹੜੀ ਗੱਲ ਸੱਚੀ ਹੁੰਦੀ ਆ ਉਹ ਮੂੰਹ 'ਤੇ ਕਰਨੇ। ਪਹਿਲਾਂ ਫਾਲਤੂ ਕਿਸੇ ਨੂੰ ਕੁਛ ਕਹਿੰਦੇ ਨੇ, ਜਦੋਂ ਅਗਲਾ ਫਾਲਤੂ ਕਹਿੰਦਾ ਵਾ ਨਾ, ਤਾਂ ਫਿਰ ਇੱਟ ਦਾ ਜਵਾਬ ਪੱਥਰ ਦਿੰਦੇ ਹਾਂ।